ਸਾਡਾ 1000 ਸਬਸਕ੍ਰਾਈਬਰ ਜਿਹੜਾ ਨਾ ਉਹ ਅਲਹਮਦੁਲਿਲਾ 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 ਅੱਜ ਪੂਰਾ ਹੋ ਗਿਆ ਕਿ ਅੱਜ ਨਾ ਮੈਨੂੰ ਖੁਸ਼ੀ ਬੜੀ ਹੈ ਅਤੇ ਖੁਸ਼ੀ ਦੇ ਵਿੱਚ ਜਿਹੜਾ ਨਾ ਮੈਂ ਬਸ ਇੱਕ ਬੋਖ ਲਾ ਗਿਆ ਵਾਂ ਦਿਲ ਪਾ ਕਰਦਾ ਲੁੱਟੀ ਪਾਉਣ 'ਤੇ ਟਨਕ ਟਟਾ ਟਨਕ ਟਟਾ ਟਾ ਟਨਕ ਟੰਡਾ ਟਨਕ ਟੰਡਾ ਟਨਕ ਟਨਕ ਟਾ ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੂ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈੜੀ ਤਰ੍ਹਾਂ ਹੋਵੋਗੇ, ਹੁਸ਼ਬਾਸ਼ ਹੋਵੋਗੇ ਅਤੇ ਬਹੁਤ ਹੀ ਮਜ਼ੇ 'ਚ ਹੋਵੋਗੇ। ਅਤੇ ਯਾਰ ਅੱਜ ਦਾ ਵਲੋਗ ਬਹੁਤ ਹੀ ਸਪੈਸ਼ਲ ਹੈ, ਬਹੁਤ 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 ਜ਼ਿਆਦਾ ਸਪੈਸ਼ਲ ਹੈ ਮੇਰੇ ਵਾਸਤੇ ਅਤੇ ਮੇਰੇ ਜਿੰਨੇ ਵੀ ਯੂਟਿਊਬ ਫੈਮਿਲੀ ਦੇ ਮੈਂਬਰ ਨੇ ਉਹਨਾਂ ਸਾਰਿਆਂ ਵਾਸਤੇ, ਕਿਉਂਕਿ ਅਸੀਂ ਸਾਰੇ ਜਣੇ ਜਿਹੜਾ ਨਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਨੇ ਹਾਂ ਪਏ ਕਿ ਸਾਡੇ ਜਿਹੜਾ ਯੂਟਿਊਬ 'ਤੇ 1000 ਸਬਸਕ੍ਰਾਈਬਰ ਪੂਰਾ ਹੋਣ ਵਾਲਾ ਸੀ ਨਾ ਉਹ ਜਲਦੀ ਜਲਦੀ ਦੇ ਨਾਲ ਕੰਪਲੀਟ ਹੋਏਗਾ। ਜਿਹੜਾ ਵੀ ਯੂਟਿਊਬ ਯੂਜ਼ ਕਰਦਾ ਨਾ ਯੂਟਿਊਬ 'ਤੇ ਵੀਡੀਓ ਪਾਉਂਦਾ, ਠੀਕ ਹੈ, ਉਹਦੀ ਸਭ ਤੋਂ ਪਹਿਲੀ ਖੁਆਇਸ਼ ਇਹੀ ਹੁੰਦੀ ਹੈ ਕਿ ਉਹਦਾ ਜਲਦ ਤੋਂ ਜਲਦ 1000 ਜਿਹੜਾ ਸਬਸਕ੍ਰਾਈਬਰ ਹੈ ਨਾ ਉਹ ਪੂਰਾ ਹੋਏ, ਤੋਂ 1000 ਸਬਸਕ੍ਰਾਈਬਰ ਪੂਰਾ ਹੋਣ ਤੋਂ ਬਾਅਦ ਉਹ ਅਗਲੀਆਂ ਚਵਲਾਂ ਮਾਰਨਾ ਸ਼ੁਰੂ ਕਰੇ, ਠੀਕ ਹੈ। ਸਾਡਾ 1000 ਸਬਸਕ੍ਰਾਈਬਰ ਜਿਹੜਾ ਨਾ ਉਹ ਅਲਹਮਦੁਲਿਲਾ 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 ਅੱਜ ਪੂਰਾ ਹੋ ਗਿਆ। ਅੱਜ ਅਸੀਂ ਵੀ ਕਹਿ ਸਕਦੇ ਹਾਂ ਕਿ ਸਾਡਾ ਯੂਟਿਊਬ 'ਤੇ 1000 ਸਬਸਕ੍ਰਾਈਬਰ, ਯਾਨੀ 1000 ਯੂਟਿਊਬ ਫੈਮਿਲੀ ਜਿਹੜਾ ਨਾ ਉਹ ਸਾਡੇ ਕੋਲ ਇਸ ਟਾਈਮ ਮੌਜੂਦ ਹੈ। ਬਾਕੀ ਮੇਰੀ ਤਮਾਮ ਯੂਟਿਊਬ ਫੈਮਿਲੀ ਨੂੰ ਮੇਰੀ ਤਰਫੋਂ ਬਹੁਤ 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 ਮੁਬਾਰਕ ਹੋਏ ਕਿ ਸਾਡਾ 1000 ਸਬਸਕ੍ਰਾਈਬਰ, ਪਹਿਲਾ 1000 ਸਬਸਕ੍ਰਾਈਬਰ ਜਿਹੜਾ ਨਾ ਪੂਰਾ ਹੋ ਗਿਆ। ਅਤੇ ਇਨਸ਼ਾਅੱਲਾ ਜਿੰਨਾ ਵੀ ਟਾਈਮ ਲੱਗਾ ਯਾਰ ਇਹ 'ਚ, ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਮੇਰੇ ਨਾਲ ਜੁੜੇ ਨੇ ਤਕਰੀਬਨ ਕੁਝ 2 ਤੋਂ ਸਵਾ 2 ਸਾਲ ਦਾ ਅਰਸਾ ਲੱਗ ਗਿਆ 1000 ਸਬਸਕ੍ਰਾਈਬਰ ਨੂੰ ਪੂਰਾ ਕਰਦਿਆਂ, ਠੀਕ ਹੈ। ਬਾਕੀ ਕੁਛ ਇਹੀ ਸੋਚਦੇ ਹੋਣਗੇ ਕਿ 1000 ਸਬਸਕ੍ਰਾਈਬਰ ਨੂੰ ਪੂਰਾ ਕਰਦੇ 2 ਸਾਲ ਲੱਗ ਗਏ ਨੇ, ਅਤੇ ਅੱਗੋਂ 2000 ਪੂਰੇ ਕਰਦੇ, ਯਾਨੀ ਅਗਲੇ 2 ਸਾਲ ਦੇ ਅਗਲੇ, ਯਾਨੀ ਜੇ ਹਿਸਾਬ ਕਰੀਏ ਅਤੇ ਉਹਨੇ ਚਿਰ ਨੂੰ ਬੰਦਾ ਮਰ ਜਾਂਦਾ ਜਿੰਨੇ ਚਿਰ ਨੂੰ 1 ਲੱਖ ਸਬਸਕ੍ਰਾਈਬਰ ਪੂਰਾ ਹੁੰਦਾ, ਠੀਕ ਹੈ। ਬਾਕੀ ਐਸੇ ਤਾਂ ਨਹੀਂ ਨਾ ਹੋਤਾ, ਜਿਸ ਕੋ ਅੱਲਾ ਚਾਹੇ ਉਸ ਕੋ ਇੱਜ਼ਤ ਦੇ ਔਰ ਜਿਸ ਕੋ ਚਾਹੇ ਜ਼ਿਲਤ ਦੇ, ਠੀਕ ਹੈ। ਸਭ ਤੋਂ ਅੱਲਾ ਪਾਕ ਦੇ ਹੱਥ ਦੇ ਵਿੱਚ, ਜਦੋਂ ਅੱਲਾ ਪਾਕ ਨੇ ਕਹਿਣਾ ਨਾ ਕੁਨ, ਠੀਕ ਹੈ, ਜਦੋਂ ਅੱਲਾ ਪਾਕ ਨੇ ਕੁਨ ਕਹਿਣ ਨਾ ਦਰਵਾਜ਼ੇ ਖੁੱਲ ਜਾਣੇ ਨੇ, ਕੋਈ ਬੰਦਾ ਨਹੀਂ ਰੋਕ ਸਕਦਾ, ਠੀਕ ਹੈ। ਹਰ ਪਾਸੇ ਜਿਹੜਾ ਇਨਸਾਨ ਨੂੰ ਇੱਜ਼ਤ ਮਿਲ ਜਾਂਦੀ ਹੈ। ਕਿੱਥੇ ਚੱਲੇ ਹੋ ਹੈਂ? ਓਏ ਬੜਾ ਟਾਈਮ ਹੈ, ਤੁਸੀਂ ਪਹਿਲੇ ਟੁਰ ਚੱਲੇ ਹੋ। ਉਹ ਬਾਈ ਹੋਣੀ ਛੱਡ ਆਉਂਦੇ ਹਾਂ। ਓ ਬਾਈਓ ਜਵਾਨੋ, ਚਲੋ ਫਿਰ ਟੁੜੀ ਜਾਓ ਫਿਰ ਆਰਾਮ ਨਾਲ, ਜੇ ਤੁਹਾਨੂੰ ਇਹ ਬਹਿਣਾ ਤਾਂ ਫਿਰ ਧੁੱਪ ਹੀ ਸੇਕੋ। ਅਤੇ ਯਾਰ ਆਏ ਹਨ ਮੇਰੇ ਤਾਇਆ ਅੱਬੂ, ਜੋ ਕਿ ਬਹੁਤ ਹੀ ਜ਼ਿਆਦਾ ਜਿਹੜਾ ਨਾ ਫਨੀ ਮਜ਼ਾਜਦੇ ਨੇ, ਠੀਕ ਹੈ, ਯਾਨੀ ਮਜ਼ਾਹੀਆ ਬੰਦੇ ਨੇ ਉਹ, ਐਵੇਂ ਜਿਹੜਾ ਨਾ ਟੁੱਟਦੇ ਹੁਣ ਘਰ ਜਾਂਦੇ ਨੇ, ਭਈ ਐਵੇਂ ਤੂੰ ਧੁੱਪ ਵੀ ਬੇਬਾ ਹੈ, ਠੀਕ ਹੈ, ਗਰਮੀ ਵੀ ਬੜੀ ਹੈ। ਇਸ ਟਾਈਮ ਜਿਹੜਾ ਨਾ ਮੈਂ ਫੁੱਲ ਧੁੱਪ ਦੇ ਵਿੱਚ ਖਲੋ ਕੇ ਵੀਡੀਓ ਬਣਾਉਣਾ ਪਿਆ, ਠੀਕ ਹੈ, ਤਾਂ ਅਸੀਂ ਜਿਹੜਾ ਮੇਰਾ ਰੰਗ ਹੈ ਨਾ, ਪਤਾ ਕਿਉਂ ਮੈਂ ਧੁੱਪ ਦੇ ਵਿੱਚ ਖਲੋ ਕੇ ਬਣਾਉਣਾ ਪਿਆ, ਕਿਉਂਕਿ ਮੇਰਾ ਰੰਗ ਹੈ ਕਾਲਾ, ਗਰਮੀਆਂ 'ਚ ਰੰਗ ਕਾਲਾ ਹੋ ਜਾਂਦਾ ਨਾ, ਅਤੇ ਮੈਂ ਧੁੱਪੇ ਖਲੋਵਾਂਗਾ ਨਾ, ਅਤੇ ਉੱਤੇ ਮੈਂ ਨਾਲ ਫਲੈਸ਼ ਲਾਈਟ ਵੀ ਬਾਲੀ ਹੈ, ਅਤੇ ਉਹ ਮੇਰਾ ਜਿਹੜਾ ਰੰਗ ਹੈ ਨਾ ਉਹ ਚਿੱਟਾ ਚਿੱਟਾ ਆਏਗਾ ਵੀਡੀਓ ਦੇ ਵਿੱਚ, ਬਾਕੀ ਇੰਨਾ ਚਿੱਟਾ ਕੋਈ ਨਹੀਂ ਹੈ, ਇਹ ਥੋੜ੍ਹਾ ਜਿਹੜਾ ਨਾ ਬਰਾਊਨ ਹੀ ਹੈ, ਯਾਨੀ ਇੰਨਾ ਬਰਾਊਨ ਵੀ ਨਹੀਂ, ਯੂਨੀਵਰਸ ਅਬਾਊਟ ਡੈਡ, ਪੱਕਾ ਪੱਕਾ ਕਹਿ ਸਕਦੇ ਹੋ, ਪੱਕਾ ਰੰਗ ਹੈ ਮੇਰਾ ਇਸ ਟਾਈਮ ਗਰਮੀਆਂ ਦੇ ਵਿੱਚ। ਸਰਦੀਆਂ ਦੇ ਵਿੱਚ ਜਾ ਕੇ ਮੈਂ ਨੋਨਾ ਮੁੰਨਾ ਬੱਚਾ ਬਣ ਜਾਂਦਾ ਵਾ, ਗਰਮੀਆਂ ਦੇ ਵਿੱਚ ਜਿਹੜਾ ਨਾ ਤੁਹਾਨੂੰ ਪਤਾ ਫਿਰ ਯੂਨੀਵਰਸ ਅਬਾਊਟ ਡੈਟ, ਅਤੇ ਗਰਮੀਆਂ ਦੇ ਵਿੱਚ ਜਿਹੜਾ ਨਾ ਮੱਝਾਂ ਵਾਲੇ ਰੰਗ ਹੋਈ ਜਾਂਦਾ ਕਾਲਾ ਸਿਆਹ ਸਾਰਿਆਂ ਦਾ, ਜਿਹੜਾ ਧੁੱਪੇ ਫਿਰਦਾ, ਕਿਉਂਕਿ ਗਰਮੀ ਹੁੰਦੀ ਹੈ ਅਤੇ ਗਰਮੀ ਦੇ ਵਿੱਚ ਜਦੋਂ ਪਸੀਨਾ ਆਉਂਦਾ ਤੂੰ ਤੂੰ ਧੁੱਪ ਐਡੀ ਤੇਜ਼ ਪੈਂਦੀ ਹੈ, ਹਰ ਸੜ ਜਾਂਦੀ ਹੈ, ਅਤੇ ਫਿਰ ਸਾਡਾ ਮੂੰਹ ਕਿਹੜੀ ਚੀਜ਼ ਦੇ ਮੂੰਹ ਵੀ ਸੜ ਜਾਂਦਾ ਨਾ, ਕਾਲਾ ਸਿਆਹ ਰੰਗ ਹੋਈ ਜਾਂਦਾ, ਜਦੋਂ ਅੱਗੋਂ ਸਰਦੀਆਂ ਹੁੰਦੀਆਂ ਫਿਰ ਆਪਣੇ ਆਪ ਜਿਹੜਾ ਨਾ ਸਹੀ ਹੋਈ ਜਾਂਦਾ, ਸਾਰਿਆਂ ਨੂੰ ਪਤਾ ਕਿ ਅੱਜ ਨਾ ਮੈਨੂੰ ਖੁਸ਼ੀ ਬੜੀ ਹੈ ਅਤੇ ਖੁਸ਼ੀ ਦੇ ਵਿੱਚ ਜਿਹੜਾ ਨਾ ਮੈਂ ਬਸ ਇੱਕ ਬੋਖ ਲਾ ਗਿਆ ਵਾਂ, ਠੀਕ ਹੈ, ਜਿਹਨੂੰ ਆਉਂਦੇ ਨਾ ਬੰਦਾ ਬੋਖ ਲਾ ਜਾਂਦਾ, ਉਹ ਹਿਸਾਬ ਹੋਇਆ ਮੇਰੇ ਨਾਲ, ਮੈਂ ਜਿਹੜਾ ਖੁਸ਼ੀ ਦੇ ਵਿੱਚ ਬੋਖ ਲਾ ਗਿਆ ਅਤੇ ਇੰਜ ਜਿਹੜਾ ਨਾ ਮੈਂ ਚਵਲਾ ਮਾਰਨਾ, ਉਹ ਤਾਂ ਬਸ ਕਿਸੇ ਨੇ ਜਿਹੜਾ ਨਾ ਮੇਰੀਆਂ ਗੱਲਾਂ 'ਤੇ ਇੰਨਾ ਗੌਰ ਨਹੀਂ ਕਰਨਾ, ਬਸ ਸ਼ੂਗਰ ਲਾਉਣਾ
ਤੇ ਸ਼ੁਗਲ ਦੇ ਵਿੱਚ ਜਿਹਨਾਂ ਨੇ ਇਗਨੋਰ ਕਰਨਾ, ਇਗਨੋਰ ਕਰੋ ਔਰ ਸ਼ੁਗਲ ਲਗਾਓ, ਬਸ ਚਿਲ ਕਰੋ। ਤੇ ਯਾਰ 700 ਤੇ ਉੱਤੇ ਕੁਛ ਦਿਨਾਂ ਬਾਅਦ ਜਿਹੜਾ ਨਾ ਸਾਡਾ 1000 ਸਬਸਕ੍ਰਾਈਬਰ ਪੂਰਾ ਹੋਇਆ, ਠੀਕ ਹੈ। 1000 ਸਬਸਕ੍ਰਾਈਬਰ ਪੂਰਾ ਹੋਣ ਦੀ ਜਿਹੜੀ ਖੁਸ਼ੀ ਹੈ ਨਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਬਹੁਤ ਜ਼ਿਆਦਾ ਮੇਰਾ ਇਸ ਟਾਈਮ ਦਿਲ ਪਿਆ ਕਰਦਾ ਮੈਂ ਲੁੱਡੀ ਪਾਵਾਂ, ਠੀਕ ਹੈ। ਨਾਲ ਲੁੱਡੀ ਪਾਉਣ ਦੇ ਬੜਾ ਦਿਲ ਕਰਦਾ ਪਿਆ ਅੱਜ, ਮੱਛਰ ਵੀ ਵੇਬ ਆਇਆ ਤੇ ਕਿਤੇ ਡੇੜੇ ਤਾਂ ਮੱਛਰ ਵੀ ਬੜਾ ਹੁੰਦਾ ਅਤੇ ਗਰਮੀ ਵੀ ਬੜੀ ਹੁੰਦੀ ਹੈ, ਯਕੀਨ ਕਰੋ। ਅਤੇ ਖੈਰ ਇੱਕ ਦਿਨ ਉਹ ਵੀ ਆਏਗਾ ਜਿੱਦੂ ਮੈਂ ਜਿਹੜਾ ਨਾ ਪਹਿਲੇ ਇੱਕ ਲੱਖ ਜਦੋਂ ਮੇਰਾ ਸਬਸਕ੍ਰਾਈਬਰ ਪੂਰਾ ਹੋਏਗਾ ਨਾ ਉਹਦੀ ਵੀਡੀਓ ਬਣਾਵਾਂਗਾ ਐਂ ਜੀ। ਅਤੇ ਫਿਰ ਇੱਕ ਦਿਨ ਉਹ ਵੀ ਆਏਗਾ ਜਦੋਂ ਮੇਰਾ 1 ਮਿਲੀਅਨ ਕੰਪਲੀਟ ਹੋਏਗਾ, ਸਾਡੀ ਯੂਟਿਊਬ 'ਤੇ 1 ਮਿਲੀਅਨ ਦੀ ਫੈਮਿਲੀ ਬਣੇਗੀ ਅਤੇ ਉਹਦੀ ਵੀ ਐਂ ਜੀ ਵੀਡੀਓ ਬਣੇਗੀ, ਝਾਸ ਵਾਲੀ, ਸ਼ੁਗਲ ਮੇਲੇ ਵਾਲੀ, ਪੂਰੇ ਲੈਵਲ ਵਾਲੀ, ਪੂਰੇ ਭਾਰ ਵਾਲੀ, ਠੀਕ ਹੈ। ਬਾਕੀ ਇਹ ਸਾਹਮਣੇ ਚੈੱਕ ਕਰੋ, ਇਹ ਬੱਦਲ ਸੁਬਾਹ ਦਾ ਇੱਥੇ ਹੀ ਖਲੋਤਾ ਹੋਇਆ, ਅੱਗੇ ਹੀ ਨਹੀਂ ਆ ਰਿਹਾ, ਗਰਮੀ ਵੀ ਬੇਬਾ ਜੀ, ਇੰਝ ਆਹਿਸਤਾ ਆਹਿਸਤਾ ਬੱਦਲ ਅੱਗੇ ਆ ਰਿਹਾ ਨਾ, ਉਂਝ ਆਹਿਸਤਾ ਆਹਿਸਤਾ ਜਿਹੜਾ ਨਾਲ ਅਲਹਮਦੁਲਿਲਾ ਅੱਲਾ ਪਾਕ ਨੇ ਚਾਹਿਆ ਤਾਂ ਅਸੀਂ ਵੀ ਜਿਹਨਾਂ ਨੇ ਇੱਕ ਵਾਰੀ ਅੱਗੇ ਵਧਾਂਗੇ, ਸਾਡਾ ਵੀ 1 ਲੱਖ ਸਬਸਕ੍ਰਾਈਬਰ ਵੀ ਪੂਰਾ ਹੋਏਗਾ ਇਨਸ਼ਾਅੱਲਾ। ਅਤੇ ਇੱਕ ਦਿਨ ਐਸਾ ਵੀ ਆਏਗਾ ਕਿ 1 ਮਿਲੀਅਨ ਵੀ ਪੂਰਾ ਹੋਏਗਾ, ਜੇ ਹਜ਼ਾਰ ਹੋ ਗਏ ਨਾ ਤਾਂ ਲੱਖ ਵੀ ਹੋਏਗਾ, ਮਿਲੀਅਨ ਵੀ ਹੋਏਗਾ, ਕਾਹਦੀ ਗੱਲ ਹੈ, ਅੱਲਾ ਪਾਕ 'ਤੇ ਯਕੀਨ ਰੱਖੋ। ਇਹ ਵੇਖੋ ਐਡਾ ਐਡਾ ਮੱਛਰ ਆ ਇੱਥੇ, ਠੀਕ ਹੈ। ਅੱਲਾ ਪਾਕ 'ਤੇ ਯਕੀਨ ਰੱਖੋ, ਅੱਲਾ ਪਾਕ ਕੋਲੋਂ ਮੰਗੋ, ਅੱਲਾ ਪਾਕ ਜਿਹੜਾ ਨਾ ਦੇਣਗੇ, ਠੀਕ ਹੈ। ਬਾਕੀ ਯਕੀਨ ਜਿਹੜਾ ਨਾ ਉਹ ਐਂਦਾ ਰੱਖੋ ਅੱਲਾ ਪਾਕ 'ਤੇ, ਕਿ ਮੈਂ ਕਹਿੰਦਾ ਪਿੱਛੂ ਵੇਖਣ ਦੀ ਲੋੜ ਕੋਈ ਨਹੀਂ, ਅੱਗੂ ਵੇਖ ਕੇ ਆਪਣਾ ਕੰਮ ਕਰੋ, ਸ਼ੁਗਲ ਮੇਰਾ ਲਾਓ ਅਤੇ ਚਵਲਾ ਮਾਰੋ, ਠੀਕ ਹੈ। ਚਵਲ ਵੀ ਐਸੀ ਮਾਰੋ ਕਿ ਅਗਲੇ ਬੰਦੇ ਨੂੰ ਤੁਹਾਡੀ ਚਵਲ ਪਸੰਦ ਵੀ ਆਏ, ਕਿ ਹੈ ਵੀ ਹੈ ਕਿ ਚਵਲ ਹੀ ਸੀ, ਠੀਕ ਹੈ। ਮੈਂ ਸਾਰਿਆਂ ਨੂੰ ਕਮੈਂਟ ਵਿੱਚ ਲਾਤਮੀ ਦੱਸਣਾ ਹੈ ਵੀ ਹੈ ਕਿ ਚਵਲ ਹੀ ਹੈ, ਹੋਰ ਕੋਈ ਗੱਲ ਨਹੀਂ ਹੈ, ਕਮੈਂਟ ਵਿੱਚ ਲਾਤਮੀ ਦੱਸਣਾ ਕਿ ਇਹ ਚਵਲ ਤੁਹਾਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਹਾਏ ਸੂਰਜ ਬਹੁਤ ਜਿਹੜਾ ਨਾ ਇਸ ਟਾਈਮ ਗਰਮੀ ਪਾ ਰਿਹਾ, ਯਕੀਨ ਕਰੋ ਇਸ ਟਾਈਮ ਜਿਹੜਾ ਨਾ ਮੇਰਾ ਜਿਸਮ ਫੁੱਲ ਪਸੀਨੇ ਦੇ ਨਾਲ ਭਿੱਜ ਗਿਆ, ਪਰ ਮੈਨੂੰ ਖੁਸ਼ੀ ਬਹੁਤ, ਮੇਰਾ ਦਿਲ ਪਿਆ ਕਰਦਾ ਲੁੱਡੀ ਪਾਉਣ 'ਤੇ, ਠੀਕ ਹੈ। ਲੁੱਡੀ ਪਾਉਣ ਦਾ ਦਿਲ ਪਿਆ ਕਰਦਾ, ਕਿਧਰੇ ਇੱਥੇ ਢੋਲ ਛੋਲ ਮੇਰਾ ਲਿਆਉਣ ਦਾ ਦਿਲ ਪਿਆ ਕਰਦਾ, ਪਰ ਯੂਨੀਵਰਸ ਅਬਾਊਟ ਟਾਇਰ, ਜਦੋਂ ਮੇਰੇ 1 ਲੱਖ ਸਬਸਕ੍ਰਾਈਬਰ ਪੂਰਾ ਹੋਏਗਾ ਨਾ ਯਾਰ, ਸਾਰੇ ਜਣੇ ਯਾਦ ਰੱਖਣਾ, ਮੈਨੂੰ ਚੇਤਾ ਕਰਾ ਫੜਨਾ, ਕਿਉਂਕਿ ਮੈਂ ਜਿਹੜਾ ਨਾ ਦਿਮਾਗ ਦਾ ਬੜਾ ਘੱਟ ਆ, ਮੈਨੂੰ ਚੇਤਾ ਭੁੱਲ ਜਾਂਦਾ, ਠੀਕ ਹੈ। ਚੇਤਾ ਮੈਨੂੰ ਬਹੁਤ ਜਲਦੀ ਭੁੱਲ ਜਾਂਦਾ, ਜਦੋਂ 1 ਲੱਖ ਸਬਸਕ੍ਰਾਈਬਰ ਪੂਰਾ ਹੋਇਆ ਸਮਝ ਲਓ ਉਧਰੋਂ ਢੋਲ ਪੂਰੇ ਪਿੰਡ ਦੇ ਵਿੱਚ ਵਜਾ ਕੇ ਜਿਹੜਾ ਨਾ ਥਾਕੀ ਡਾਂਸ ਕਰੇ ਹੋਏ ਮੱਕੜੀ ਦਾ ਜਾਲਾ, ਠੀਕ ਹੈ, ਉਦੋਂ ਢੋਲ 'ਤੇ ਡਾਂਸ ਹੋਏਗਾ। ਬਾਕੀ ਐਡਾ ਜਿਹੜਾ ਡਾਂਸ ਹੈ ਨਾ ਉਹ ਤੁਸੀਂ ਇੰਝ ਹੀ ਚੈੱਕ ਕਰੋ, ਐਡਾ ਡਾਂਸ ਇੰਝ ਹੀ ਹੋਏਗਾ, 1 2 3 ਕੋ ਟਨਕ ਟਟਾ ਟਨਕ ਟਟਾ ਟਨਕ ਟਟਾ ਟਾ ਟਨਕ ਟੰਡਾ ਟਨਕ ਟੰਡਾ ਟਨਕ ਟਨਕ ਟਾ ਟੰਡਣਾ ਟਟਾ ਟੰਡਣਾ ਟਟਾ ਟੰਡਾ ਟਟਾ ਟਨਕ 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 ਟਟਕ ਟਨਕ 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 ਟਟਕ ਟਨਕ 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 ਟਟਕ ਟਟਕ ਟਟਾ ਟਨ ਟਨ ਟਨਕ ਟੰਡਾ ਟਨ ਟਨ ਟਨਕ। ਉਹ ਮੈਂ ਸੱਪਾ ਦੇ ਏੜੀਏ ਦੇ ਵਿੱਚ ਟੁੱਟ ਜਾਂਦਾ ਪਿਆ, ਇੱਥੇ ਤਾਂ ਯੂਨੀਵਰਸ ਅਬਾਊਟ ਡੈਟ, ਅਤਿਆਤ ਰੂੜੀਏ ਪੈਕ ਹੋਵੋ, ਠੀਕ ਹੈ। ਫਿਰ ਸ਼ੁਰੂ ਕਰੋ ਜੀ, 1 2 3 ਕੋ ਟਨਕ ਟੰਡਾ ਟਨਕ ਟੰਡਾ ਟਨਕ ਟੰਡਾ ਟਾ ਟਾ ਟਨਕ ਟੰਡਾ ਟਾ ਟਨ ਟਨਾ ਟਟਾ ਟਾ ਟਾ। ਸਾਹ ਚੜ ਗਿਆ ਲੁੱਡੀ ਭਾਈ ਹੈ ਨਾ, ਸਾਹ ਚੜ ਗਿਆ, ਠੀਕ ਹੈ। ਬਾਕੀ ਜੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਜਦੋਂ 1000 ਸਬਸਕ੍ਰਾਈਬਰ ਪੂਰਾ ਹੋਏਗਾ ਉਦੋਂ ਸਾਰਿਆਂ 'ਤੇ ਇੱਕ ਸਪੈਸ਼ਲ ਵੀਡੀਓ ਵੀ ਆਏਗੀ, ਤਾਂ ਉਹ ਸਪੈਸ਼ਲ ਵੀਡੀਓ ਲਾਜ਼ਮੀ ਆਏਗੀ, ਉਹ ਵੀ 1-2 ਦਿਨ ਦੇ ਵਿੱਚ ਆਏਗੀ, ਤਾਂ ਲਾਜ਼ਮੀ ਆਏਗੀ, ਸਾਰਿਆਂ ਨੇ ਜਿਹੜਾ ਨਾ ਉਹ ਵੀਡੀਓ ਲਾਜ਼ਮੀ ਵੇਖਣੀ, ਕਿਉਂਕਿ ਉਹ ਬਹੁਤ ਹੀ ਸ਼ੁਗਲ ਮੇਲੇ ਵਾਲੀ ਵੀਡੀਓ ਹੋਏਗੀ ਅਤੇ ਬੜੀ ਚਾਸ ਵਾਲੀ ਹੋਏਗੀ। ਜੇ ਮਜ਼ਾ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਨਾ ਮਜ਼ਾ ਆਇਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ, ਵੀਡੀਓ ਪਾਏ ਤੁਸੀਂ ਡਿਸਲਾਈਕ ਕਰ ਦਿਓ, ਮੁਸ਼ਕਲ ਕੋਈ ਨਹੀਂ, ਠੀਕ ਹੈ। ਤਾਂ ਕਿ ਸਾਨੂੰ ਪਤਾ ਲੱਗੇ ਨਾ ਕਿ ਅਸੀਂ ਚਵਲ ਸਹੀ ਮਾਰਨੇ ਪਿਆ ਜਾਂ ਨਹੀਂ ਮਾਰਦੇ ਪਏ, ਕਮੈਂਟ ਵਿੱਚ ਲਾਜ਼ਮੀ ਦੱਸਿਆ ਕਰੋ ਕਿ ਚਵਲ ਕੈਸੀ ਹੈ, ਠੀਕ ਹੈ। ਤੁਸੀਂ ਦੱਸੋਗੇ ਤਾਂ ਸਾਨੂੰ ਪਤਾ ਲੱਗੇਗਾ, ਬਾਕੀ ਤੁਸੀਂ ਵੀ ਦੱਸਿਆ ਕਰੋ ਬੰਦਾ ਕੋਈ ਜਿਹੜਾ ਨਾ ਥੋੜ੍ਹਾ ਬਹੁਤਾ ਅਗਲੇ ਬੰਦੇ ਨੂੰ ਦੱਸਦਾ ਹੈ ਕਿ ਤੁਸੀਂ ਇਸ ਟੋਪਿਕ 'ਤੇ ਵੀਡੀਓ ਬਣਾਓ, ਇੰਝ ਕਰੋ ਇਸ ਤਰ੍ਹਾਂ ਦੀ ਚਵਲ ਮਾਰੋ, ਠੀਕ ਹੈ। ਤੁਸੀਂ ਕੋਈ ਦੱਸਦੇ ਹੀ ਨਹੀਂ, ਹਾਲੀ ਤੁਸੀਂ ਵੀਡੀਓ ਵੇਖਦੇ ਹੋ, ਉਹ ਵੀ ਕੋਈ ਕੋਈ ਬੰਦਾ ਵੇਖਦਾ, ਉਹ ਵੀ ਅੱਧੀ ਅੱਧੀ ਵੇਖਦਾ, ਵੀਡੀਓ ਪੂਰੀ ਵੇਖਿਆ ਕਰੋ ਤਾਂ ਕਿ ਜਿਹੜਾ ਵਾਚ ਟਾਈਮ ਰਹਿ ਗਿਆ ਨਾ ਉਹ ਫਟੋਫਟ
ਕਸਤੀ ਪੂਰਾ ਹੋਏ ਲੈਵਲ ਦੇ ਨਾਲ। ਅਤੇ ਜਦੋਂ ਸਾਡੀ ਅਲਹਮਦੁਲਿਲਾ ਜਦੋਂ ਸਾਡੀ ਪਹਿਲੀ ਇਨਕਮ ਆਏਗੀ ਨਾ ਯੂਟੀਊਬ ਤੋਂ, ਉਦੋਂ ਵੀ ਮੈਂ ਤੁਹਾਨੂੰ ਆਉਂਦਾ ਪਿਆ, ਉਦੋਂ ਵੀ ਇੱਕ ਸਪੈਸ਼ਲ ਵੀਡੀਓ ਆਏਗੀ ਅਤੇ ਫਿਰ ਉਹਦੀ ਥੋੜ੍ਹੀ ਜਿਹੀ ਜਿਹੜਾ ਨਾ ਹਲਕੀ ਫੁਲਕੀ ਜਿਹੀ ਸੈਲੀਬ੍ਰੇਸ਼ਨ ਕੀਤੀ ਜਾਏਗੀ, ਕਿਉਂਕਿ ਤੁਹਾਨੂੰ ਪਤਾ ਹੈਗਾ ਸੀ ਕਿ ਸਾਡੇ ਉਹ 6 ਬੰਦੇ ਹੈ ਨਹੀਂ, ਠੀਕ ਹੈ, ਅਸੀਂ ਨੋਰਮਲ ਜੇ ਬੰਦੇ ਹਾਂ ਸਿੱਧੇ ਸਾਦੇ ਜੀ, ਠੀਕ ਹੈ, ਅਤੇ ਸਿੱਧਾ ਸਾਦਾ ਸਾਡੇ ਕੋਲ ਜਿੱਦਾਂ ਕੰਮ ਹੋਇਆ ਨਾ, ਜਿੰਨੀ ਸੈਲੀਬ੍ਰੇਸ਼ਨ ਹੋਈ ਸਿੱਧੀ ਸਾਦੀ ਓਨੀ ਅਸੀਂ ਲਾਜ਼ਮੀ ਕਰਾਂਗੇ। ਬਾਕੀ 1000 ਸਬਸਕ੍ਰਾਈਬਰ ਜਿਹੜਾ ਨਾ, ਇਹਦੀ ਖੁਸ਼ੀ ਬੜੀ ਹੈ, ਇਹਦੀ ਸੈਲੀਬ੍ਰੇਸ਼ਨ ਵੀ ਛੋਟੀ ਮੋਟੀ ਹੋਏਗੀ, ਕਿਸੇ ਦਿਨ ਹੋ ਜਾਏਗੀ, ਕਿਉਂਕਿ ਬੱਚਾ ਪਾਰਟੀ ਮਗਰ ਲੱਗੀ ਹੈ। ਇਹਨਾਂ ਸਾਰਿਆਂ ਜਿਹੜਾ ਨੇ ਮੇਰਾ ਬੜਾ ਸਾਥ ਦਿੱਤਾ 1000 ਸਬਸਕ੍ਰਾਈਬਰ ਤੱਕ, ਠੀਕ ਹੈ। ਬਾਕੀ ਹੁਣ ਅੱਗੇ ਅਸਾਂ ਟੁਰਨਾ, ਅਤੇ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿਆ ਰਹਿਣਾ, ਉਹ ਇੰਝ ਹੀ ਦੇਣਾ ਜਿਹਨ ਤੁਸੀਂ ਹੁਣ ਤੱਕ ਦਿੰਦੇ ਆਏ ਹੋ, ਪਿਛਲੇ 2 ਸਾਲਾਂ ਤੋਂ ਲੈ ਕੇ ਹੁਣ ਤੱਕ। ਅਤੇ ਅਲਹਮਦੁਲਿਲਾ ਉਹ ਦਿਨ ਵੀ ਦੂਣ ਨਹੀਂ, ਹੋ ਸਕਦਾ ਸੀ ਅਗਲੇ 1 ਸਾਲ ਦੇ ਵਿੱਚ, 6 ਮਹੀਨਿਆਂ ਦੇ ਵਿੱਚ, 10 ਦਿਨਾਂ ਦੇ ਵਿੱਚ, 2 ਦਿਨਾਂ ਦੇ ਵਿੱਚ ਵੀ 1,000,000 ਕੰਪਲੀਟ ਕਰ ਜਾਈਏ, 1,00,000 ਕੰਪਲੀਟ ਕਰ ਜਾਈਏ, ਕੋਈ ਪਤਾ ਨਹੀਂ ਹੈ, ਕਿਉਂਕਿ ਵਕਤ ਟਾਈਮ ਜਜ਼ਬਾਤ ਹਾਲਾਤ ਕੈਸੇ ਬਦਲਦੇ ਆ ਕੋਈ ਪਤਾ ਨਹੀਂ ਲੱਗਦਾ, ਕਿਸੇ ਟਾਈਮ ਵੀ ਵਕਤ ਟਾਈਮ ਜਜ਼ਬਾਤ ਹਾਲਾਤ ਬਦਲ ਸਕਦੇ ਨੇ, ਕੋਈ ਪਤਾ ਨਹੀਂ ਲੱਗਦਾ, ਸਭ ਅੱਲਾ ਪਾਕ ਦੇ ਕੋਲ, ਅੱਲਾ ਪਾਕ ਦੇ ਹਥਿਆਰ 'ਚ। ਬੱਚੇ ਟਿਊਸ਼ਨ ਜਾਣਦੇ ਨੇ ਭਰਾ, ਲੈਣਾ ਨੇ ਕਰਨਾ ਬੰਕ, ਪਰਸੋਂ ਚੌਥ ਇਹਨਾਂ ਬੰਕ ਕੀਤਾ, ਉਦੋਂ ਵੀ ਇਹਨਾਂ ਨੂੰ ਕੁੱਟ ਪਈ ਹੈ ਘਰੋਂ, ਆਇਆ ਮੈਂ ਵੀ ਮਗਰ ਮਗਰ, ਕਰੋ ਬੰਕ ਕਿਹੜਾ ਕਰਦਾ। ਡੈਡੀ ਮੋਟਰਸਾਈਕਲ ਲੈ ਗਏ ਆ ਯਾਰ, ਹੁਣ ਸ਼ਾਮ ਜਿਹਾ ਤਾਂ ਨਾਉਣ ਲੱਗ ਪਈ ਆ ਜੇ, ਠੀਕ ਹੈ, ਅਤੇ ਹੁਣ ਚੱਲੀਏ ਜਾ ਕੇ ਅੱਲਾ ਪਾਕ ਦਾ ਸਭ ਤੋਂ ਪਹਿਲਾਂ ਸ਼ੁਕਰ ਅਦਾ ਕਰੀਏ, ਨਮਾਜ਼ ਅਦਾ ਕਰੀਏ, ਫਿਰ ਦੁਆ ਦੇ ਵਿੱਚ ਅੱਲਾ ਪਾਕ ਦਾ ਸ਼ੁਕਰ ਅਦਾ ਕਰੀਏ। ਅਤੇ ਬਾਕੀ ਆ ਸਾਹਮਣੇ ਚੈੱਕ ਕਰੋ, ਅੱਗੇ ਆ ਬੱਦਲਾਂ ਦੀ ਮੈਂ ਮਿਸਾਲ ਦਿੱਤੀ ਹੈ, ਠੀਕ ਹੈ, ਬੱਦਲ ਵੇਖੋ ਆਈਏ ਉੱਥੇ ਖਲੋਤੇ, ਜਿੰਨੀ ਦੇਰ ਅੱਲਾ ਪਾਕ ਦਾ ਹੁਕਮ ਨਹੀਂ ਨਾ ਹੋਣਾ ਇਹਨਾਂ ਨੇ ਅੱਗੇ ਨਹੀਂ ਆਉਣਾ, ਇਹਨਾਂ ਨੇ ਇੱਥੇ ਖਲੋਤੇ ਰਹਿਣਾ, ਅਤੇ ਜਦੋਂ ਅੱਲਾ ਪਾਕ ਦਾ ਹੁਕਮ ਹੋਣਾ ਨਾ, ਇਹਨਾਂ ਨੇ ਆ ਕੇ ਅਤੇ ਬਰਸਣ ਲੱਗ ਪੈਣਾ, ਅਤੇ ਬਾਰਿਸ਼ ਹੋ ਜਾਣੀ, ਮੌਸਮ ਠੰਡਾ ਠੰਡਾ ਹੋ ਜਾਣਾ, ਅਤੇ ਉਹੀ ਹਾਲਾਤ, ਉਹੀ ਹਿਸਾਬ ਸਾਡਾ ਵੀ ਹੈ, ਠੀਕ ਹੈ, ਜਦੋਂ ਅੱਲਾ ਪਾਕ ਨੇ ਚਾਹਣਾ, ਅੱਲਾ ਪਾਕ ਨੇ ਕਾਮਯਾਬੀ ਦੇਖਣੀ ਹੈ। ਬਾਕੀ ਯਕੀਨ ਅੱਲਾ ਪਾਕ 'ਤੇ, ਉਮੀਦ ਅੱਲਾ ਪਾਕ 'ਤੇ, ਬਸ ਤੁਸੀਂ ਸਾਰੇ ਵਿਦਵਾਨ ਵਿੱਚ ਯਾਦ ਰੱਖਣਾ, ਇੱਥੇ ਆਪਣੀ ਵੀਡੀਓ ਦਾ ਕਰਨਾ ਮੈਂ ਐਂਡ, ਕਿਸ ਤਰ੍ਹਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਵੀਡੀਓ ਕਮੈਂਟ ਵਿੱਚ ਲਾਜ਼ਮੀ ਦੱਸਣਾ, ਚੰਗੀ ਲੱਗੀ ਹੋਏ ਦੋਸਤਾਂ ਤੱਕ ਸ਼ੇਅਰ ਲਾਜ਼ਮੀ ਕਰ ਦੇਣਾ, ਮਿਲਣੇ ਅਗਲੇ ਵਲੋਗ ਦੇ ਵਿੱਚ, ਹੋਰ ਤੱਕ ਆਪਣਾ ਖਿਆਲ ਰੱਖਣਾ, ਸਾਨੂੰ ਦੁਆਵਾਂ ਵਿੱਚ ਯਾਦ ਰੱਖਣਾ, ਅੱਲਾ ਹਾਫਿਜ਼।